ਆਕਾਸ਼ਵਾਨੀ ਜੰਮੂ ਹੈ ਡੋਗਰੀ ਖਬਰੇ ਚ ਤੁੰਦਾ ਸਵਾਗਤ ਪਹਿਲੇ ਖਾਸ ਖਾਸ ਖਬਰੇ ਕਰਨੇ ਮੈਂ ਪੂਜਾ ਵਜ਼ੀਰ ਰਾਸ਼ਟਰ ਅੱਜ ਰਾਸ਼ਟਰਪਿਤਾ ਮਹਾਤਮਾ ਗਾਂਧੀ ਹੋਰਿੰਗੀ ਉਹਦੀ 154ਵੀਂ ਜਯੰਤੀ ਤੇ ਸਾਬਕਾ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤਰੀ ਹੋਰਿੰਗੀ ਉਹਦੇ ਜਨਮ ਦਿਹਾੜੇ ਪਰ ਸ਼ਰਧਾਂਜਲੀ ਦਿਆ ਕਰਦਾ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰ ਅੱਜ ਮੱਧ ਪ੍ਰਦੇਸ਼ ਤੇ ਰਾਜਸਥਾਨ ਚ 26000 ਕਰੋੜ ਰੁਪਏ ਦੀਆਂ ਵਿਕਾਸ ਕੰਮਾਂ ਦਾ ਨੀਂਹ ਪੱਥਰ ਰੱਖਣ ਤੇ ਉਦਘਾਟਨ ਕਰਨ ਉਪ ਰਾਜਪਾਲ ਮਨੋਜ ਸਿਨਾਵਰੇ ਪਵਿੱਖਤਾਈ ਤਿਆਰ ਪ੍ਰਸ਼ਾਸਨ ਵਿਸ਼ੇ ਪਰ ਇੱਕ ਉੱਚੀ ਸਤੈ ਦੀ ਬੈਠਕ ਦੀ ਪ੍ਰਧਾਨਤਾ ਕੀਤੀ ਤੇ ਖੇਤੀ ਤੇ ਸਿੱਖਿਆ ਕੀ ਪ੍ਰਾਥਮਿਕਤਾ ਵਾਲੇ ਸੈਕਟਰ ਗਲਾਇਆ ਕੇਂਦਰੀ ਮੰਤਰੀ ਸਾਭਕਾ ਜਨਰਲ ਵੀ ਕੇ ਸਿੰਘੋ ਨੇ ਆਖਿਆ ਜੇ ਉਹ ਦਿਨ ਮਤਾਦੂਰ ਨਹੀਂ ਹੈ ਜਦੋਂ ਮਕਬੂజా ਕਸ਼ਮੀਰ ਪਰਤੀਬ ਭਾਰਤ ਕਨੇ ਮਿਲੀ ਜਾਗ ਖਬਰਾਂ ਦੀ ਤਫਸੀਲ ਕਰਨੇ ਨਰੇਸ਼ ਸ਼ਰਮਾ ਰਾਸ਼ਟ੍ਰ ਰਾਜ ਦੇ ਰਾਸ਼ਟਰਪਿਤਾ ਮਹਾਤਮਾ ਗਾਂਧੀ ਹੋਰਾਂ ਦੀ 154ਵੀਂ ਜਨਮ ਦਿਵਸ ਪਰ ਸ਼ਰਧਾਂਜਲੀ ਦੇਹ ਕਰਦਾ ਹੈ। ਮੁਲਖ ਪਰਚ ਤੇ ਵਿਦੇਸ਼ਾਂ ਚ ਭਾਰਤੀ ਦੂਤਾਵਾਸਾਂ ਚ ਇਸ ਮੌਕੇ ਨੇਕਾ ਸਮਾਰੋਹ ਲਾਇਆ ਜਾ ਕਰਦੈਨ। ਰਾਜਧਾਨੀ ਦਿੱਲੀ ਚ ਬਾਪੂ ਦੀ ਸਮਾਧੀ ਰਾਜਘਾਟ ਪਰ ਸਰਬ ਧਰਮ ਪ੍ਰਾਰਥਨਾ ਸਭਾ ਦਾ ਸਰਸਤਾ ਕੀਤਾ ਗਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋ ਨੇ ਅੱਜ ਵੱਡਲੇ ਰਾਜਘਾਟ ਜਾਈਏ ਮਹਾਤਮਾ ਗਾਂਧੀ ਹੋਰਾਂ ਕੀ ਪੁਸ਼ਪਾਂਜਲੀ ਪੇਟ ਕੀਤੀ। ਲੋਕ ਸਭਾ ਦੇ ਸਪੀਕਰ ਓਮ ਵਿਰਲਾ ਕੇਂਦਰੀ ਮੰਤਰੀ ਹਰਦੀਪ ਸਿੰਘ ਪੂਰੀ ਡਾਕਟਰ ਜਤਿੰਦਰ ਸਿੰਘ ਮਨਕਸ਼ੀ ਲਖੀਤੇ ਕਾਂਗਰਸ ਅਧਿਖ ਮਲਿਕ ਅਰਜਨ ਖੜਗੇ ਹੋਰੇ ਵੀ ਮਹਾਤਮਾ ਗਾਂਧੀ ਹੋਰੇਗੇ ਰਾਜਕਾੜ ਜਾਈਏ ਸ਼ਰਧਾਂਜਲੀ ਭੇਂਟ ਕੀਤੀ ਹੈ ਰਾਸ਼ਟਰਪਿਤਾ ਹੋਰਾਂ ਦੀ ਆਪਣੀ ਸ਼ਰਧਾਂਜਲੀ ਦਿੰਦੇ ਹੋਏ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਆਖਿਆ ਕਿ ਗਾਂਧੀ ਹੁੰਦੇ ਸਚਾਈ ਤੇ ਅਹਿੰਸਾ ਦੇ ਅਸੂਲੇ ਵਿਸ਼ਵ ਵਾਸਤੇ ਇੱਕ ਨਵੀਂ ਬੱਤ ਤਿਆਰ ਕੀਤੀ ਆਪਣੇ ਸੰਦੇਸ਼ 'ਚ ਉਪ ਰਾਸ਼ਟਰਪਤੀ ਜਗਦੀਪ ਧਨਖੜੋ ਨੇ ਆਖਿਆ ਕਿ ਭਾਰਤ ਦੀ ਆਜ਼ਾਦੀ ਦੀ ਲੜਾਈ 'ਚ ਗਾਂਧੀ ਹੁੰਦੇ ਸਚਾਈ ਤੇ ਅਹਿੰਸਾ ਦੇ ਸਿਧਾਂਤ ਮਾਰਗਦਰਸ਼ਕ ਬਣੇ ਪਰਧਾਨ ਮੰਤਰੀ ਹੋ ਰਹੇ ਸ਼ਰਧਾਂਜਲੀ ਆਲੇ ਸਨੇ ਚ ਆਖਿਆ ਜੇ ਮਹਾਤਮਾ ਗਾਂਧੀ ਹੁੰਦੀendidikan ਸਾੜੇ ਰਸਤੇ ਪਰ ਬਰਾਬਰ ਲੋਕ ਰਕਰਦੀ ਹੈ ਉਹਨੇ ਆਖਿਆ ਜੇ ਮਹਾਤਮਾ ਗਾਂਧੀ ਹੁੰਦਾ ਪ੍ਰਭਾਵ ਵਿਸ਼ਵ ਵਿਆਪੀ ਹੈ ਜਿਹੜਾ ਮਨੁੱਖਤਾ ਤੇ ਪਾਈਚਾਰੇ ਦੇ ਜਜ਼ਬੇ ਕੀ ਅਗੜੇ ਬਧਾਨਿਆ ਹਾਸਤਾ ਸਮੁੱਚੀ ਮਾਨਵਤਾ ਕੀ ਪ੍ਰੇਰਿਤ ਕਰਦਾ ਹੈ ਰਾਸ਼ ਰਾਜ ਦੇ ਸਾਬਕਾ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤਰੀ ਹੋ ਰਹੇਗੇ ਵੀ ਹੁੰਦੇ ਜਨਮ ਦਿਹਾੜੇ ਪਰ ਚੇਤਾ ਕਰਾ ਕਰਦਾ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀਓ ਨੇ ਆਖਿਆ ਜੇ ਲਾਲ ਬਹਾਦਰ ਸ਼ਾਸਤਰੀ ਹੁੰਦੀ ਇਸ ਸਾਦਗੀ ਰਸ਼ ਪ੍ਰਤੀ ਹੁੰਦੇ ਸਮਰਪਣ ਤੇ ਜੈ ਜਵਾਨ ਜੈ ਕਿਸਾਨ ਦਾ ਨਾਰਾ ਅੱਜ ਵੀ ਅਸੰਗੇ ਪ੍ਰੇਰਿਤ ਕਰਦਾ ਹੈ ਉਪ ਰਾਜਪਾਲ ਮਨੋਜ ਸਿਮਾ ਹੋਰੇ ਵੀ ਮਹਾਤਮਾ ਗਾਂਧੀ ਤੇ ਲਾਲ ਬਹਾਦਰ ਸ਼ਾਸਤਰੀ ਹੋ ਰਹੇਗੇ ਹੁੰਦੀ ਜਨਤੀਆਂ ਪਰ ਆਪਣੀ ਸ਼ਰਧਾਂਜਲੀ ਭੇਟ ਕੀਤੀ ਹੈ ਸਾਫ ਸਫਾਈ ਦੇ ਮਹੱਤਵ 'ਤੇ ਜ਼ੋਰ ਪਾਉਂਦੇ ਹੋਏ ਤੇ ਸਰਕਾਰੀ ਦਫ਼ਤਰਾਂ 'ਚ ਸਮੇਂ ਸਿਰ ਕੰਮ ਪੂਰਾ ਹੋਣੇਗੇ ਧਿਆਨਾਂ ਚ ਰੱਖਦੇ ਇੱਕ ਖਾਸ ਮੁਹਿੰਮ ਸ਼ੁਰੂ ਕੀਤੀ ਗਈ ਹੈ ਇਸ ਮੁਹਿੰਮ ਦਾ ਤ੍ਰਿਆ ਚਰਨ ਰਸ਼ ਪਿਤਾ ਮਹਾਤਮਾ ਗਾਂਧੀ ਜੀ ਦੀ ਜਨਮ ਦਿਵਸ ਮੌਕੇ ਸ਼ੁਰੂ ਕੀਤਾ ਜਾ ਕਰਦਾ ਹੈ ਅਜਕੁਲਾ ਸ਼ੁਰੂ ਇਹ ਖਾਸ ਮੁਹਿੰਮ 31 ਅਕਤੂਬਰ ਤੋਂ ਢਲੀ ਚੱਲਗ ਪਿਛਲੇ ਦੋਂ ਬਰੇਥਮਾਂ ਚਲਾ ਕਰਦੇ ਇਹ ਕਾਰਜਕ੍ਰਮ ਦੇ ਤਹਿਤ ਇਹ ਖਾਸ ਸਵੱਛਤਾ ਅਭਿਆਨ ਚਲਾਇਆ ਜਾ ਕਰਦਾ ਹੈ ਕਾਰਮਿਕ ਲੋਕ ਸ਼ਿਕਾਇਤ ਤੇ ਪੈਨਸ਼ਨ ਮੰਤਰਾਲੇ ਦੇ ਮੁਤਾਬਕ ਤਕਰੀਬਨ 90 ਲੱਖ ਮਰਬਾ ਫੁੱਟ ਇਲਾਕੇ ਕੀ ਪਿਛਲੇ ਦੋਂ ਬਰੇ ਦੌਰਾਨ ਸਵੱਛਤਾ ਅਭਿਆਨ ਚਲਾਈਆ ਸਾਫ ਕਰਵਾਇਆ ਗਿਆ ਹੈ ਤੇ ਇਸ ਥਾਰਾ ਕਿ ਖੇਤੀਬਾੜੀ ਆਸਤਾ ਇਸਤੇਮਾਲ ਚ ਅਨਯਾ ਜਾ ਕਰਦਾ ਹੈ ਇਹਦੇ ਇਲਾਵਾ ਸਰਕਾਰ ਨੇ ਕਬਾੜਗੀ ਠਿਕਾਣਾ ਲਾਈ ਹੈ 370 ਕਰੋੜ ਰੁਪਏ ਅਰਜਸਵ ਹਸਲ ਕੀਤਾ ਹੈ ਤੇ 56000 ਲੋਕਾਂ ਦੀ ਸ਼ਿਕਾਇਤਾਂ ਦੀ ਸੁਣਵਾਈ ਵੀ ਕੀਤੀ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰ ਅੱਜ ਰਾਜਸਥਾਨ ਤੇ ਮੱਧ ਪ੍ਰਦੇਸ਼ ਦੇ ਦੌਰੇ ਪਰ ਜਾਗਣ ਤੇ 26000 ਕਰੋੜ ਰੁਪਏ ਦੀਆਂ ਬਖ ਬਖ ਵਿਕਾਸ ਯੋਜਨਾਆਂ ਦਾ ਨੀਂਹ ਪੱਥਰ ਰੱਖਣ ਤੇ ਕਿਸ਼ ਸੇਵਾਆਂ ਦਾ ਉਦਘਾਟਨ ਕਰਨ ਹਨ ਪ੍ਰਧਾਨ ਮੰਤਰੀ ਔਰ ਚਿਤੌੜਗੜ ਜਾਗਣਤੇ 7000 ਕਰੋੜ ਰੁਪਏ ਦੀ ਲਾਗਤ ਦੇ ਵਿਕਾਸ ਕੰਮੇ ਦਾ ਨੀ ਪੱਥਰ ਰੱਖਣਗੇ ਸਾਡੇ ਸੰਵਾਦ ਆਤਾਂ ਨੇ ਦੱਸਿਆ ਜੇ ਪ੍ਰਧਾਨ ਮੰਤਰੀ ਔਰ ਚਿਤੌੜਗੜ ਚ ਇੱਕ ਜਨ ਸਭਾ ਵੀ ਸੰਬੋਧਿਤ ਕਰਗਣ ਇਹਦੇ ਮਗਰ ਪ੍ਰਧਾਨ ਮੰਤਰੀ ਔਰ ਗਵਾਲੀਅਰ ਮਧਿਆ ਪ੍ਰਦੇਸ਼ ਵੀ ਜਾਗਣ ਜਿੱਥੇ ਉਹ 19260 ਕਰੋੜ ਰੁਪਏ ਦੀਆਂ ਕਈ ਵਿਕਾਸ ਪ੍ਰੋਜੈਕਟਾਂ ਦਾ ਨੀ ਪੱਥਰ ਰੱਖਣਗੇ ਪ੍ਰਧਾਨ ਮੰਤਰੀ ਔਰ 11895 ਕਰੋੜ ਰੁਪਏ ਦੀ ਲਾਗਤ ਕਰਨੇ ਤਿਆਰ ਹੋਏ ਦੇ ਦਿੱਲੀ ਉਦਰਾ ਐਕਸਪ੍ਰੈਸ ਵੇ ਦੀ ਸ਼ੁਰੂਆਤ ਕਰਨਨ ਤੇ 1880 ਰੁਪਏ ਦੀ ਲਾਗਤ ਅਲੀ ਪੰਜੇ ਸੜਕ ਪਰियोजना ਦਾ ਨੀਂਹ ਪੱਥਰ ਰਹਿਗਣ ਉਪਰਾਜਪਾਲ ਮਨੋਜ ਸਿਨਣਾ ਹੋਰੇ ਸਿੱਖਿਆ ਤੇ ਖੇਤੀਬਾੜੀ ਦੀ ਪ੍ਰਾਥਮਿਕਤਾ ਵਾਲੇ ਦੋਹਾਂ ਸੈਕਟਰ ਗੁਲਾੰਦੇ ਆਖਿਆ ਜੇ 2047 ਤੋੜੀ ਵਿਕਸਿਤ ਭਾਰਤ ਦੇ ਲਕਸ਼ਿੇ ਪੂਰਾ ਕਰਨ ਆਸਤਾ ਹੈ ਅਗਲੇ ਤਰ੍ਹਾਂ ਭਰੇ ਤਾਈ ਲਕਸ਼ਿੇ ਨਿਰਧਾਰਿਤ ਕਰਨਾ ਲਾਜ਼ਮੀ ਹੈ ਇਹ ਗੱਲ ਉਹਨੇ ਕੱਲ ਰਾਜਪਾਵਨ ਚ ਭਵਿੱਖਤਾਇ ਤਿਆਰ ਸੁਸ਼ਾਸਨ ਵਿਸ਼ੇ ਪਰ ਲਾਈ ਗਈ ਦੀ ਇੱਕ ਉੱਚੀ ਸਤਾ ਦੀ ਬੈਠਕ ਦੇ ਪ੍ਰਧਾਨਤਾ ਕਰਦੇ ਆਖੇ ਉਪਰ ਰਾਜਪਾਲ ਹੋਰੇ ਆਖਿਆ ਜੇ ਸੰਗਠਿਤ ਰੁਖ ਪਣਾਨੇ ਕਰਨ ਲੋਕਾਂ ਪਰ ਆਧਾਰਿਤ ਨੀਤੀਆਂ ਦੇ ਵਿਵਸਥਾ ਤਿਆਰ ਕਰਨ ਤੇ ਜਲਵਾਯੂ ਪਰਿਵਰਤਨ ਸਾਈਬਰ ਚਨੌਤੀਆਂ ਤੇ ਸਿਹਤ ਸਿੱਖਿਆ ਤੇ ਖੇਤੀ ਕਰਨਾ ਜੋੜੇ ਦੇ मामले ਦਾ ਸਮਾਧਾਨ ਕਰਨੇ ਚ ਮਦਦ ਹੋਵੇ ਉਹਨੇ ਯੋਜਨਾਇ ਤੇ ਸਕੀਮੇ ਦੀ ਖਰੀ ਆਮਲਾਬਰੀ ਆਸਤੇ ਮਸਨੂਈ ਗਿਆਨ ਤੇ ਨਵੀਂ ਟੈਕਨੋਲੋਜੀ ਦੇ ਸਮਾਵੇਸ਼ ਪਰ ਜ਼ੋਰ ਪਾਇਆ ਉਪ ਰਾਜਪਾਲ ਹੋ ਰਹੇ ਯੋਜਨਾ ਵਿਕਾਸ ਤੇ ਨਿਗਰਾਨੀ ਵਾਲੇ ਵਿਭਾਗ ਦੀ ਸਰਕਾਰੀ ਸਕੀਮੇ ਦੇਲਾ ਜਨਤਾ ਤੋਂੜੀ ਪੁਝਾਣੇ ਤੇ ਜੋਖਮ ਤੇ ਨੁਕਸਾਨ ਦੇ ਘਟ ਕਰਨੇ ਤਾਂ ਆਪਣੇ ਆਪਾ ਕੇ ਤਿਆਰ ਕਰਨ ਲਈ ਆਖਿਆ ਹੈ ਬੈਠਕ ਚ ਮੁਖ ਸਚਿਵ ਡਾਕਟਰ অরুণ ਕੁਮਾਰ ਮਹਿਤਾ ਜੰਮੂ ਕਸ਼ਮੀਰ ਦੀ ਜੁਨੀਵਰਸਿਟੀ ਦੇ ਵਾਈਸ ਚਾਂਸਲਰ ਨੇ ਤੇ ਬਖ ਬਖ ਵਿਭਾਗ ਦੇ ਅਧਿਕਾਰੀਆਂ ਵੀ ਇਸ ਹਲਤਾ ਇਹ ਖਬਰਾਂ ਤੁਸੀਂ ਆਕਾਸ਼वाणी ਜੰਮੂ ਤੋਂ ਮਾ ਸੁਣਾ ਕਰਦੇ ਹੋ ਬਾਕੀ ਦੀਆਂ ਖਬਰਾਂ ਕੰਨ ਪੂਜਾ ਵਜ਼ੀਰ ਕੇਂਦਰੀ ਮੰਤਰੀ ਤੇ ਪੂਰਵ ਸੈਨਾ ਪ੍ਰਮੁਖ ਜਨਰਲ ਵੀ ਕੇ ਸਿੰਘੋ ਨੇ ਆਖਿਆ ਹੈ ਜੇ ਉਹ ਦਿਨ ਦੂਰ ਨਹੀਂ ਹੈ ਜਿਸ ਦਿਨ ਪਾਕਿਸਤਾਨ ਦੇ ਕਬਜ਼ੇ ਵਾਲਾ ਕਸ਼ਮੀਰ ਵੀ ਭਾਰਤ ਕਨੇ ਰਲੀ ਜਾਗ ਇਹ ਗੱਲ ਕੇਂਦਰੀ ਮੰਤਰੀ ਹੋਰੇ ਕੱਲ ਦਿੱਲੀ ਚ ਆਯੋਜਿਤ ਤਿਰੰਗਾ ਰੈਲੀ ਕੀ ਸੰਬੋਧਿਤ ਕਰਦੇ ਹੋ ਯਾਖੀ ਇਸ ਰੈਲੀ ਦਾ ਆਯੋਜਨ ਮੁਸਲਿਮ ਨੈਸ਼ਨਲ ਫੋਰਮ ਤਰਫਾ ਕੀਤਾ ਗਿਆ ਹਾ ਉਹਨੇ ਆਖਿਆ ਜੇ ਸਾਡੇ ਵਾਸਤੇ ਇਹ ਸਮਝਣਾ ਜ਼ਰੂਰੀ ਹੈ ਜੇ ਪਾਕਿਸਤਾਨ ਦੇ ਕਬਜ਼ੇ ਵਾਲਾ ਕਸ਼ਮੀਰ ਸਾੜਾ ਹੈ ਸਾੜਾ ਦੇ ਰੋਗ ਤੇ ਕੋਈ ਵੀ ਉਹਦੇ ਪਰ ਕਬਜ਼ਾ ਨਹੀਂ ਕਰੀ ਸਕਦਾ ਉਨੇ ਆਖਿਆ ਜੇ ਜਲਦੀ ਗਏ ਪੀਓ ਕੁਚ ਰੋਨੇ ਵਾਲੇ ਲੋਕਾਂ 'ਚ ਜਾਗਰੂਕਤਾ ਪੈਦਾ ਹੋਗ ਤੇ ਉਹ ਭਾਰਤ ਕੰਨੇ ਰਲੀ ਜਾੰਗਣ ਪ੍ਰਸ਼ਟ ਅਧਿਕਾਰੀਆਂ ਦੀ ਬਖੀ ਸਖਤ ਰਵਈਆ ਪੇਸ਼ ਕਰਦੀ ਹੋਈ ਜੰਮੂ ਕਸ਼ਮੀਰ ਪ੍ਰਸ਼ਾਸਨ ਨੇ ਪੁਲਿਸ ਦੇ ਵੱਡੇ ਦੋ ਅਧਿਕਾਰੀਆਂ ਕੀ ਮੁਅਤਲ ਕਰ ਦਿੱਤਾ ਹੈ ਭ੍ਰਿਸ਼ਟਾਚਾਰ ਮਾਮਲੇ 'ਚ ਗ੍ਰਿਫਤਾਰ ਡੀਐਸਪੀ ਸ਼ੇਖ ਆਦਿਲ ਵੀ ਇਹਦੇ 'ਚ ਸ਼ਾਮਲ ਨ ਜੰਮੂ ਕਸ਼ਮੀਰ ਗ੍ਰਹਿ ਵਿਭਾਗ ਦੇ ਆਦੇਸ਼ ਮੁਤਾਬਿਕ ਆਦਿਲ ਮੁਸ਼ਤਾਕ ਦੀ 21 ਸਤੰਬਰ 2023 ਥਾ ਮੰ ਮੁਅਤਲ ਸਮਝਾ ਜਾਗ ਇੱਕ ਬਖਰੇ ਆਦੇਸ਼ 'ਚ ਏਐਸਪੀ ਬੜਗਾਮ ਗੋਹਰ ਅਹਿਮਦ ਖਾਨ ਕੀ ਵੀ ਮੁਅਤਲ ਕਰ ਦਿੱਤਾ ਗਿਆ ਹੈ ਜੰਮੂ ਕਸ਼ਮੀਰ ਤੇ ਲਦਾਖ ਤੋਂ ਮਾ ਐਨ ਸੀ ਸੀ ਕੈਡਟਸ ਨੇ ਨਵੀਂ ਦਿੱਲੀ ਚ ਆਯੋਜਿਤ ਰਾਸ਼ਟਰੀ ਥਲ ਸੈਨਾ ਕੈਂਪ ਦੌਰਾਨ ਕਰਾਈ ਗਈ ਦੀ ਪ੍ਰਤੀਯੋਗਿਤਾ 'ਚ ਬਿਹਤਰੀਨ ਪ੍ਰਦਰਸ਼ਨ ਕੀਤਾ ਹੈ। ਬ੍ਰਿਗੇਡੀਅਰ ਵੀ ਕੇ ਸ਼ਰਮਾ ਐਨ ਸੀ ਸੀ ਦੇ ਉਪ ਮਹਾਨ ਨਿਦੇਸ਼ਕ ਹੋ ਰਹੇ ਦੱਸਿਆ ਜੇ ਜਾਗਤੀ ਦੀ ਪ੍ਰਤੀਯੋਗਿਤਾ 'ਚ ਸਾਢੇ ਐਨ ਸੀ ਸੀ ਕੈਡਟਸ ਨੇ ਚੌਥਾ ਥਾਂ ਹਾਸਲ ਕੀਤਾ ਤੇ ਕੁੜੀਆਂ ਦੇ ਮੁਕਾਬਲੇ 'ਚ 14ਵਾਂ ਥਾਂ ਹਾਸਲ ਕੀਤਾ। ਉਹਨੇ ਦੱਸਿਆ ਥਲ ਸੈਨਾ ਕੈਂਪ ਦੇ 12 ਦਿਨਾਂ ਦੌਰਾਨ ਐਨ ਸੀ ਸੀ ਕੈਡਟਸ ਨੇ ਟੈਂਟ ਲਾਣੇ, ਵਾਦ-ਵਿਵਾਦ, ਸਵੱਛਤਾ, ਸਫਾਈ, ਬੈਟਲ ਖੇਡ ਜਿਨਾਂ ਇਹ ਕ ਨਹੀਂ ਹੈ ਕਈਆਂ ਪ੍ਰਤੀਯੋਗਤਾਾਂ ਚ ਇਸਾ ਲੈਤਾ ਉਹਨੇ ਉਮੀਦ ਕੀਤੀ ਹੈ ਜੇ اے ਐਨ ਸੀ ਸੀ ਕੈਡਰ ਸਮਾਜ ਦੇ ਦੂਏ ਸਦਸਿਅਾਂ ਕੀ ਵੀ ਜੀਵਨ ਚ ਅਨੁਸ਼ਾਸਨ ਤੇ ਰਾਸ਼ਟਰਵਾਦ ਲਿਆਨੇ ਆਸਤੇ ਪ੍ਰੇਰਿਤ ਕਰਗਨ ਬ੍ਰਿਗੇਡੀਅਰ ਵੀ ਕੇ ਸ਼ਰਮਾ ਉਹ ਰੇ ਅੱਖਿਆ हमारे बच्चे थल सेना कैंप कंप्लीट करके आए हैं थल सेना कैंप 19 सितंबर से 30 सितंबर न्यू दिल्ली में हुआ था जहां पे देश भर के बच्चे भी वहां पे पार्टिसिपेट किए थे ये कैंप में काफी सारी एक्टिविटीज होती हैं टेंट पिचिंग लाइन लेआउट हेल्थ एंड हाइजीन फायरिंग कंपटीशन ऑप्स्टिकल कोर्स कॉम्पिटिशन फील्ड क्राफ्ट एंड बैल क्राफ्ट कॉम्पिटिशन मैप रीडिंग कॉम्पिटिशन इस कैंप का तैयारी बच्चे तकरीबन एक महीना पहले से यहाँ पे हमारे पास कर रहे थे हमारा पोजिशन ओवरऑल फोर्थ रहा है इन दी बॉयज साइड एंड फोर्टीन इन दी गर्ल्स साइड ਹੰਗਜਾਊ ਚੀਨ ਚ ਚਲਾ ਰਹੀਆਂ ਏਸ਼ੀਆ ਖੇਡਾਂ ਦੇ 8ਵੇਂ ਦਿਨ ਭਾਰਤ ਨੇ ਖਿਡਾਰੀਆਂ ਆਪਣੀ ਚਮਕ ਬਰਕਰਾਰ ਰੱਖਦੇ ਹੋਏ ਕੁੱਲ 53 ਤਮਕੇ ਜਿੱਤੀ ਲੈਣ ਇੰਦੇ ਚ 13 ਸੁਨੇ ਦੇ 21 ਚਾਂਦੀ ਦੇ ਤੇ 19 ਕਹਿ ਦੇ ਤਮਕੇ ਸ਼ਾਮਲ ਨੇ ਏਸ਼ੀਆਈ ਖੇਡਾਂ ਦੇ 8ਵੇਂ ਦਿਨ ਭਾਰਤ ਨੇ 3 ਸੁਨੇ ਦੇ 7 ਚਾਂਦੀ ਦੇ ਤੇ 5 ਕਹਿ ਦੇ ਤਮਕੇ ਆਪਣੇ ਨਾਂ ਕੀਤੇ ਦਰੋੜੇ ਚ ਭਾਰਤ ਨੇ 2 ਸੁਨੇ ਦੇ ਤਮਕੇ ਹਾਸਲ ਕੀਤੇ ਨਿਸ਼ਾਨੇਬਾਜ਼ੀ ਚ ਬਿਹਤਰੀਨ ਨਤੀਜੇ ਰਹੇ ਜਿਹਦੇ ਚ 7 ਸੁਨੇ ਦੇ ਤਮਕੇ ਸਨੇ ਕੁੱਲ 22 ਤਮਕੇ ਭਾਰਤ ਨੇ ਜਿੱਤੇ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰੇ ਤੇ ਖੇਡ ਮੰਤਰੀ अनुराग सिंह ठाकुर और भारतीय खड़ारियों की मुबारकबाद दी है पत्नीटाप विकास प्राधिकरण पासिया चलाए जा जाते पत्नीटॉप की सैर करो कार्यक्रम तहत सैर सफा विभाग जम्मू ने एक्साइज मैकमे माता वैष्णो देवी यूनिवर्सिटी पत्नीटॉप विकास प्राधिकरण ते जिला इंतजामिया उधमपुर के सहयोग ने कल पत्नीटॉप तोड़ी इको ट्रेल का आयोजन कियासिद्ध शिव स्थान सुद्ध महादव मानतलाई तीर्थ यात्रा के प्राचीन रास्ते की उजागर किया गया ਉੱਤਰ ਪ੍ਰਦੇਸ਼, ਬਿਹਾਰ, ਮਹਾਰਾਸ਼ਟਰ, ਦਿੱਲੀ, ਰਾਜਸਥਾਨ, ਝਾਰਖੰਡ, ਗੁਜਰਾਤ, ਛਤੀਸਗੜ, ਹਰਿਆਣਾ, ਜੰਮੂ ਕਸ਼ਮੀਰ ਤੇ ਨੇਪਾਲ ਥਾਮਾ ਸ਼੍ਰੀ ਮਾਤਾ ਵੈਸ਼ਨੋਦੇਵੀ ਯੂਨੀਵਰਸਿਟੀ ਦੇ ਵਿਦਿਆਰਥੀਏ ਤੇ ਅਮਲੇ ਨੇ ਇਸ ਯਾਤਰਾ ਕਾਰਜਕ੍ਰਮ 'ਚ ਹਿੱਸਾ ਲੇਤਾ। ਕਿਸ਼ਤਵਾਰ ਥਾਮਾ ਸੁਪਰੀਆ ਦੇਵੀ ਨੇ ਜੰਮੂ ਯੂਨੀਵਰਸਿਟੀ 'ਚ ਕਰਾਈ ਗਈ 21ਵੀਂ ਜੀਐਨਡੀ ਕੇ ਐਥਲੈਟਿਕਸ ਚੈਂਪੀਅਨਸ਼ਿਪ 'ਚ ਸੂਨੇ ਦੇ ਤ੍ਰੈਤਮਕੇ ਹਾਸਿਲ ਕੀਤੇ ਨੇ। ਆਕਾਸ਼ਵਾਨੀ ਦੇ ਸੰਵਾਦਾਤਾ ਨੇ ਦੱਸਿਆ ਜੇ ਸੁਪਰੀਆ ਦੇਵੀ ਨੇ ਆਈ ਜੰਪ, ਡਿਸਕਸ ਥਰੋ ਤੇ ਸ਼ਾਰਟ ਅਪ 'ਚ ਸੂਨੇ ਦੇ ਅਖੀਰ ਵਿੱਚ ਮੁੱਖ ਮੁੱਖ ਸਵਾਂਚਾਰਿਕ ਵਾਰੀ ਪਰਤੀ ਹੈ ਰਾਸ਼ਟਰ ਰਾਜ ਰਾਸ਼ਟਰਪਤੀ ਮਹਾਤਮਾ ਗਾਂਧੀ ਹੋ ਰेंगी ਉਹਨਦੀ 154ਵੀਂ ਜਨਮ ਦਿਤੀ ਤੇ ਸਾਬਕਾ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤਰੀ ਹੋ ਰेंगी ਉਹਦੇ ਜਨਮ ਦਿਹਾੜੇ ਪਰ ਸ਼ਰਧਾਂਜਲੀ ਦਿਆ ਕਰਦਾ ਯਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਹ ਰਾਜ ਮੱਧ ਪ੍ਰਦੇਸ਼ ਤੇ ਰਾਜਸਥਾਨ ਚ 26 ਯਾਰ ਕਰੋੜ ਰੁਪਏ ਦੇ ਵਿਕਾਸ ਕਮੇਂਦਾ ਨੀ ਪੱਥਰ ਰਹਿਣਨ ਤੇ ਉਹਦਾ ਉਦਘਾਟਨ ਕਰਨਾ ਉਪ ਰਾਜਪਾਲ ਮਨੋਜ ਸਿਨਾ ਹੋਰਾਂ ਪਹੇਖ ਤਾਈ ਤਿਆਰ ਪ੍ਰਸ਼ਾਸਨ ਵਿਸ਼ੇ ਪਰ ਇੱਕ ਚਿਸਾਦਾ ਦੀ ਬੈਠਕ ਦੇ ਪ੍ਰਧਾਨਤਾ ਕੀਤੀ ਤੇ ਖੇਤੀ ਤੇ ਸਿੱਖਿਆ ਗੇ ਪ੍ਰਾਥਮਿਕਤਾ ਵਾਲੇ ਸੈਕਟਰ ਗਲਾਇਆ ਹੈ ਤੇ ਕੇਂਦਰੀ ਮੰਤਰੀ ਸਾਬਕਾ ਜਨਰਲ ਵੀ ਕੇ ਸਿੰਘ ਹੋਰਾਂ ਆਖਿਆ ਜੇ ਉਹ ਦਿਨ ਮਤਾਦੂਰ ਨਹੀਂ ਜਦੋਂ ਮਕਬੂਜ਼ਾ ਕਸ਼ਮੀਰ ਭਰਤੀ ਹੈ ਭਾਰਤ ਕਨਾ ਮਿਲੀ ਜਾਗ